बिस्मिल्लाहिर्रहमानिर्रहीम। मेरे वल्लाह मेरे सारे बहनों भाइयों अस्सलाम वालेकुम। मेरी दुआ अल्लाह ताला तुम खुश रखे, बात रखे, थोड़े सारे को खुशी खाना दूर करे, सदा हासिल हो, मुस्कुराते रहो। इस दुआ के नाल आज ब्लॉग शुरू कर दें। ब्लॉग शुरू करने से पहले सारे एक रिक्वेस्ट है, अगर तुम सारे चैनल को सब्सक्राइब नहीं किया तो सब्सक्राइब कर लो, पहले बटन में भी जरूर दबाया करके सारी हर आने वाली वीडियो का नोटिफिकेशन थानू बार बार मिल जाए। तो आज का ब्लॉग शुरू कर दें। तो जिस तरह शादियाँ हुई है सन, तो मैं अपना सूट सिलाई कर लगी हाँ, तो काफ़ी दिन थोड़े जे रह गए हैं। तो मैं क्या एक तो सूट सिलाई किया जाए, इसी लग्या हुआ सी सारा दिन, काम ही नहीं पता होगा। तो मैं लगी हूँ मिलन का सिलाई कर, कल पैकिंग मंगवाई सी भाई को, मैं तो पैकिंग कर लगी लैस लिया सी, ब्लैक नहीं चल पाने, लेकिन मैंने ना सैडन अगर कोई चीज़ ना लगाई हो ना मैंने नहीं सही लगती, इसलिए मैं हम कट दी हाँ, कटाई कर दी हाँ। तो शीलन पहले भी दिखा मैं हम कट के तो ये भी कटने सिलाई प्यारा सूट है भी, एक मैं कहीं सिलाई हो जाएगा तो कुछ है भी कपड़े। तो होर तुसी कल मेरी कैंची लैके गए सी सोन लो, ਕੈਂਚੀ ਮੈਂ ਮੋਹਿਤ ਕੋਲ ਕੱਲੀ ਸੀਗੀ, ਮੈਨੂੰ ਹੁਣ ਮਿਲ ਰਹੀ ਤੇ ਆਸ ਚੋਈ ਮੋਹਿਤ ਅਮੀ ਵਾਲੀ ਕੰਪਨੀ ਦਾ ਰੱਖਿਆ ਆ ਬੇਟਾ ਸਾਹਿਬ ਮੈਨੂੰ ਕਹਿੰਦਾ ਤੁਸੀਂ ਮਮਾ ਜੀ ਛੋਟੀ ਕਰ ਇੱਕ ਕਮਰੇ ਚ ਲੈ ਕੇ ਆਏ ਮੇਰੇ ਬੰਦੇ ਰਾਤ ਜੀ ਇਹਦੇ ਨਾਲ ਤੇ ਨਹੀਂ ਨਾ ਕੱਪੜੇ ਕੱਟੇ ਜਾਂਦੇ। ਚਲੋ ਮੈਂ ਦੇਖਦਾ ਇੱਥੇ ਕਿਤੇ ਮੈਨੂੰ ਲਿਆ ਕੇ ਦੋ, ਮੈਨੂੰ ਇੱਥੇ ਕਿਤੇ ਹੋਣੀ ਨਾਲ ਨਹੀਂ ਕੱਟ ਹੋ ਸਕਦੇ ਕੱਪੜੇ। ਤੇ ਹੋਰ ਅੱਡੇ ਤੇ ਚੱਲੀਏ ਜਾਣਾ ਅੱਡੇ ਤੇ ਉਹ ਥੋੜੇ ਘੱਟ ਪਾ ਕੇ ਰੱਖ ਲਈ ਨਾ ਫੇਰ ਅੱਡੇ ਤੇ ਜਾਣਾ। ਅੱਛਾ ਫਿਰ ਤੁਸੀਂ ਮੈਨੂੰ ਸਮੋਸੇ ਮੰਗਵਾ ਦਿਓ। ਅੱਛਾ ਚਲੋ ਸਹੀ ਮੰਗਵਾ ਦਵਾਂਗਾ। ਮੈਂ ਤਾਂ ਕਾਲਜ ਇਕੱਲਾ ਲੈ ਕੇ ਆਈ ਸੀ। ਅੱਛਾ ਕਾਲਜ ਨਹੀਂ ਸਾਰੇ ਹੀ ਐਕਸਪੀਰੀਅੰਸ 200 ਦੇ ਮੰਗਵਾਏ ਮੈਂ 200 ਦੇ ਤੁਸੀਂ 100 ਦੇ ਮੰਗਵਾ ਲੈਣੇ ਮਿਲ ਲਈ ਹੋਈ 200 ਦੇ ਕਿਹੜਾ ਜਾਦੇ। ਅੱਛਾ ਜੀ ਚਟਣੀ ਖੁੱਲੀ ਚਟਣੀ ਵੀ ਦੇ ਦਿੱਤੀ ਬਾਈ ਹਾਂ ਲੱਸੀ ਵਾਲੀ ਹੈ ਨਾ ਕਿੱਥੇ ਜਾਣਾ ਕਿ ਤੈਨੂੰ ਖਾਣਾ ਵਾ ਮੋਇਸ ਮੋਈ ਖਾਡੇ ਕੋਲ ਮੋਈ ਨੇ ਅੱਜ ਬੜਾ ਡਰਾਮਾ ਲਾਇਆ ਸਕੂਲ ਮੈਂ ਕਿਹਾ ਮੈਂ ਬੈਠਾ ਚੱਲ ਜਾ ਆਪੀ ਆਪਣੀ ਆਪੀ ਨਾਲ ਨਹੀਂ ਜਾਣਾ ਮੈਂ ਕਿਹਾ ਰੋਈ ਆ ਮੇਰੇ ਨਾਲ ਤੁਸੀਂ ਜਾਓ ਮੰਮਾ ਜੀ ਤੁਸੀਂ ਕੱਲ੍ਹ ਨਹੀਂ ਮੇਰੇ ਨਾਲ ਜਾਣਾ ਮੈਂ ਕਿਹਾ ਚਲੋ ਠੀਕ ਆ ਮੈਂ ਤੁਹਾਡੇ ਨਾਲ ਕੱਲ੍ਹ ਚਲੀ ਜਾਊਂਗੀ ਔਰ ਖਰੇ ਇਕੱਲਾ ਤਾਂ ਨਹੀਂ ਪਾਇਆ ਨਹੀਂ ਮਿਰਚਾਂ ਪਾਈਆਂ ਹੋਣੀਆਂ ਇਹ ਤਾਂ ਨਹੀਂ ਪਾਈਆਂ ਚਲੋ ਤਿਆਰ ਕਰੋ ਆ ਜਾਂਦਾ ਕੱਪੜੇ ਕੱਟ ਲਏ ਹਾਂਜੀ ਮੈਂ ਕੱਟ ਲਿਆ ਆਪਣੇ ਕੱਪੜੇ ਸੀਨ ਲੱਗੀਆਂ ਨਹੀਂ ਇਸ ਕਰ ਲਓ ਸਿਲਾਈ ਹੁਣ ਸ਼ਾਦੀ ਦੇ ਵਿੱਚ ਦਿਨ ਕੋਈ ਨਹੀਂ ਰਹੇਗਾ ਅੱਜ ਕਰਦੇ ਕੱਲ੍ਹ ਕਰਦੇ ਮੈਂ ਤਾਂ ਕਿਸੇ ਤਾਂ ਉੱਥੇ ਕਿਸੇ ਕੋਲ ਸਿਲਾਈ ਕਰਾ ਲਿਓ ਹੈ ਹੀਰਾ ਪਿਆ ਤਾਂ ਇੱਥੇ ਪਤਾ ਨਹੀਂ ਹੈਗਾ ਜੀ ਨਹੀਂ ਹੈਗਾ ਤੁਸੀਂ ਬਸ ਠੀਕ ਹੋ ਇੱਕ ਸੀਗਾ ਕੱਲ੍ਹ ਬੱਚਿਆਂ ਨੇ ਪਾ ਲਿਆ ਹੁਣ ਚਲੋ ਆ ਜਾਓ ਹੈਲੋ ਕਿਹੜਿਆ ਪਾਇਓ ਬੋਤਲ ਗਲਾਸ ਚ ਬੋਤਲ ਲੈਣਾ ਜੀ ਨਹੀਂ ਹਾਂਜੀ ਪਾਪਾ ਜੀ ਬਾਈ ਕਿਹਦੇ ਕੋਲ ਲੈ ਕੇ ਸਹੀ ਤੇ ਵੈਸੇ ਪਾਪਾ ਦੇਖੋ ਨਰਮ ਕਿੰਨੇ ਆ
ਆਪਣੇ ਕੋਲੋਂ ਨਹੀਂ ਬਣਦੇ ਫੁੱਫਾ ਜੀ ਐਵੇਂ ਦੇ। ਹਾਂਜੀ ਮੋਇਸ ਬੇਟਾ ਵੀ ਸਮੋਸਾ ਖਾ ਰਿਹਾ ਵਾ ਅਤੇ ਫੁੱਫਾ ਜੀ ਹਾਂ ਨਰਾਮ ਆ ਦੇਖ ਲਓ ਅਤੇ ਟੇਸਟੀ ਆ। ਦੋ ਏਜ ਵੀ ਇਹਨੇ 200 ਦੇ ਮੁਕਵਾਏ ਸੀ ਨਹੀਂ ਮਾਮੂ ਜੀ ਕਿਸ ਦਿਨ ਤੁਹਾਡੇ ਕੋਲ ਬਣਵਾ ਕੇ ਦੇਖਾਂਗੇ। ਘੀ ਵਾਹਵਾ ਫਿਰ ਪਾਉਂਦੇ ਆ ਸਹੀ ਆ। ਚਲੋ ਜੀ ਚਲੋ ਕੋਈ ਗੱਲ ਨਹੀਂ ਖਰਾਬ ਹੋ ਗਏ ਤਾਂ ਨਾ ਹੀ ਕਰ ਲੈਂਦੇ ਚੇਂਜ ਕਰ ਲੈ। ਸਕੂਲ ਜਾਓਗੇ ਸੁਬਹ? ਹੁਣ ਮੈਂ ਮੋਇਜ ਬੇਟੇ ਦੀ ਤਿਆਰੀ ਕਰਕੇ ਮੋਇਜ ਨੂੰ ਮੈਂ ਭੇਜਿਆ ਸੀ ਅਤੇ ਉੱਥੇ ਰੋ ਰੋ ਕੇ ਆਪਣੇ ਪਾਪਾ ਦੇ ਨਾਲ ਹੀ ਵਾਪਸ ਆ ਗਿਆ। ਅੱਛਾ ਜੀ ਮੈਂ ਚਲੀ ਜਾਇਆ ਕਰੂੰਗੀ ਤੁਹਾਡੇ ਨਾਲ ਸਕੂਲ। ਚਲੋ ਖਾਓ ਫਿਰ। ਬੈਡਸ਼ੀਟਾਂ ਲਾ ਕੇ ਦੋਨੋਂ ਧੋਤੀਆਂ ਹੋਈਆਂ ਸੀਗੀਆਂ ਅਤੇ ਮੈਂ ਕਿਹਾ ਵੀ ਇਹਨਾਂ ਨੂੰ ਨਾ ਉੱਪਰ ਪਾ ਲਵਾਂ। ਇੱਕ ਪਾ ਲਈ ਆ ਅਤੇ ਦੂਸਰੀ ਆ ਪਾਉਣ ਲੱਗਿਆ ਨਿੱਭਾ ਬੇਟੀ ਮੇਰੀ ਹੈਲਪ ਕਰਵਾ ਰਹੀ ਆ। ਨਹੀਂ ਧੀ ਹੁਣ ਵੱਡੀ ਹੋ ਗਈ ਹੈ ਨਾ ਕਿ ਨਾ ਬੇਟਾ ਇਸ ਤਰ੍ਹਾਂ ਨਹੀਂ ਆਉਣੀ। ਹਮਨਾ ਵੀ ਜਿੰਨੀ ਜੋਗੀ ਹੁੰਦੀ ਸੀ ਨਾ ਨਾਲ ਹੈਲਪ ਕਰਵਾਉਂਦੀ ਸੀ ਤੁਹਾਡੀ। ਧੀਆਂ ਹੋਣ ਅਤੇ ਮਾਵਾਂ ਦਾ ਕੰਮ ਵੰਡਾਉਂਦੀਆਂ ਹੁੰਦੀਆਂ। ਹਾਂਜੀ ਇਸ ਤਰ੍ਹਾਂ ਹੀ ਬੇਟਾ ਹੋਵੇ ਨਾ ਕਹਿੰਦੇ ਨਾ ਬਾਪ ਨੂੰ ਸੁੱਖ ਹੋ ਜਾਂਦਾ, ਬੇਟੀਆਂ ਹੋਣ ਤਾਂ ਮਾਂ ਨੂੰ ਹੋ ਜਾਂਦਾ। ਅੱਲਾ ਹਰ ਇੱਕ ਨੂੰ ਦੇਵੇ। ਹਾਂਜੀ ਜ਼ਿਆਦਾ ਸ਼ੌਕ ਲੱਗਦਾ ਟੀਵੀ ਦੇਖਣ ਦਾ, ਮਨਾ ਕਰ ਦਿੱਤਾ ਮੈਂ ਕਿਹਾ ਟੀਵੀ ਨਹੀਂ ਦੇਖਣਾ। ਹਾਂਜੀ ਹਾਂਜੀ ਮੈਂ ਕਿਹਾ ਆਪਣਾ ਪੜਿਆ ਕਰ ਮੰਮਾ ਕੋਲ ਆ ਕੇ ਰਾਤ ਨੂੰ। ਚਲੋ ਕਰ ਲਓ ਬੈਡਸ਼ੀਟ। ਇੱਕ ਮੁਰਗੀ ਗੁਆਚ ਗਈ ਉਹਨੂੰ ਲੱਭਣ ਡਈ, ਮੈਂ ਜਾ ਕੇ ਨਾ ਉਹਨੂੰ ਦੇਖ ਲਾਂ ਝੱਟ। ਅੱਛਾ ਇੱਕ ਮਿੰਟ। ਸਰਾਣੇ ਦੇ ਕਵਰ ਵੀ ਸਾਰੇ ਉਤਾਰੇ ਹੋਏ ਸੀਗੇ, ਧੋਤੇ ਸੀਗੇ ਤੇ ਮਸੀ ਟਾਈਮ ਲੱਗਾ। ਹਾਂਜੀ ਇਹਨਾਂ ਦੇ ਕਵਰ ਮੈਂ ਚੜਾ ਲੈਂਦੀ ਹਾਂ। ਚਲੋ ਕੋਈ ਨਹੀਂ ਜ਼ਿਆਦਾ ਮੁਸ਼ਕਲ ਨਾ ਸਾਡਾ ਕੰਮ, ਦੋ ਤਿੰਨ ਦਿਨ ਦਾ ਕੰਮ ਰਹਿ ਗਿਆ। ਖਾਲੇ ਵਾਲਾ ਤਾਂ ਰੱਖੇ ਖੈਰ ਸੁਬਹ ਮੁੱਕ ਜਾਣਾ ਅਤੇ ਉਸ ਤੋਂ ਬਾਅਦ ਜਿਹੜਾ ਅਸੀਂ ਪਲੇਟਾਂ ਲਿਆਉਂਦੀਆਂ ਨਾ ਸੋਲਰ ਵਾਲਾ, ਇੱਕ ਦਿਨ ਸਾਡਾ ਇਹਦੇ 'ਤੇ ਲੱਗ ਜਾਣਾ। ਦੁਆ ਕਰਦੀ ਸੀ ਕਿਪਾ ਹੋ ਜਾਵੇ, ਕਹਿੰਦੇ ਤਾਂ ਸਾਰੇ ਹੈਗੇ ਆ। ਚਲੋ ਮੈਂ ਕਹਿੰਦਾ ਛੋਟੀ ਮੋਟੀ ਹੋ ਗਈ ਬਾਲਣ ਤਾਂ ਬਣੂਗਾ ਨਾ, ਕੋਸ਼ਿਸ਼ ਕਰਕੇ ਦੇਖਦੇ ਹਾਂ। ਬਿਲਕੁਲ ਕੁਛ ਉਰਲੀ ਸਾਈਡ 'ਤੇ ਮਾਲ ਦੇ ਪੱਠੇ ਬੀਜ ਲਾਂਗੇ। ਹਾਂਜੀ ਕੋਈ ਬੀਜਾਂਗੇ ਮਾਲ ਬਾਅਦ ਸੋਲਰ ਲਵਾਵਾਂਗੇ ਅਤੇ ਬੀਜਾਂਗੇ ਰੋਣੀ ਕਰਾਂਗੇ ਤਾਂ। ਚਲੋ ਛੋਟਾ ਛੋਟਾ ਵੀ ਹੋਊਗਾ ਤਾਂ ਚਲੋ ਜਿਹੜਾ ਕਣਕ ਦੇ ਦਿਨ ਹੋਣਗੇ ਨਾ ਵਾਢੀ ਦੇ ਉਹਨਾਂ ਦਿਨਾਂ ਦੇ ਵਿੱਚ ਕੰਮ ਆ ਜਾਏਗਾ। ਤਾਂ ਹੀ ਆ ਠੰਡਾ ਮੌਸਮ ਆ ਤਾਂ ਕਰਕੇ ਤਾਂ ਅਸੀਂ ਕਹਿੰਦੇ ਛੋਟਾ ਮੋਟਾ ਹੋ ਜਾਵੇ, ਨਹੀਂ ਤਾਂ ਜਦੋਂ ਮੌਸਮ ਤਪ ਗਿਆ ਫਿਰ ਕਿੱਥੇ ਹੋਣਾ, ਫਿਰ ਨਹੀਂ ਹੋਣਾ। ਪਾਣੀ ਲਾ ਦਾਂ ਕਰਾਂਗੇ ਨਾ ਦੂਸਰੇ ਦਿਨ, ਦੂਸਰੇ ਦਿਨ ਭਰ ਦਿਆਂ ਕਰਾਂਗੇ ਨਾ ਬਾਜਾ। ਚਲੋ ਛੋਟਾ ਮੋਟਾ ਵੀ ਹੋ ਗਿਆ ਤਾਂ ਚਲੋ ਵਾਢੀ ਦੇ ਦਿਨ ਸਾਡੇ ਲੰਘ ਜਾਣ ਫਿਰ ਖੈਰ, ਉਸ ਤੋਂ ਬਾਅਦ ਫਿਰ ਥਿੱਲੇ ਦਾ ਕੋਲ ਕਾਫੀ ਸਾਰਾ ਵਿਹਲਾ ਹੋ ਜਾਣਾ। ਚਲੋ ਚਾੜ ਲਓ ਛਾੜੇ। ਨਾਲੇ ਆਸੀਆ ਸੁਬਹ ਕੱਪੜੇ ਸਿਲਾਈ ਕਰਦੀ ਸੀ, ਹੋਏ ਨਹੀਂ ਅਜੇ ਬਹਿਨ ਨੀ ਲਾਇਆ ਬੈਨ ਦਿਨ ਲੱਗਾ ਹੋਇਆ ਨਾ, ਬਹੁਤ ਪਿਆਰਾ ਲੱਗਦਾ ਹੈ, ਆਪਣੀ ਆਪਣੀ ਪਸੰਦ ਹੁੰਦੀ ਹੈ ਨਾ ਮੈਨੂੰ, ਲੇਕਿਨ ਉਹ ਜ਼ਿਆਦਾ ਅੱਛੇ ਲੱਗਦਾ। ਗਰਦਨ ਮੋਟੀ ਹੋ ਗਈ ਹੈ ਨਾ ਇਸ ਤਰ੍ਹਾਂ ਹੀ ਨਾ, ਇਹ ਵੀ ਬੇਟੀ ਵੱਲ ਦੇਖੋ ਕਿਆ ਬਾਤ ਆ। ਮੋਇਜ਼ ਉਹ ਪੁੱਤਰੀ ਤੁਸੀਂ ਵੀ ਪੜ੍ਹ ਲਓ।
सही बहुत प्यारी बन गई। वैसे भी तुम ब्लैक कपड़े वैसे पसंद है। हाँ जी, अगर लगा होता ना बैन फिर और क्या बात।